بسم اللہ الرحمن الرحیم السلام علیکم ورحمۃ اللہ وبرکاتہ میرے اپنے جتنے بھی زمیندار میری ویڈیو دیکھ رہے نو جڑے پریشان ہیں نو جناب ایک بار پھر ویڈیو لے کے حاضر ہو ਕਿ ਕੁਝ ਮੈਂ ਤੁਹਾਨੂੰ ਗੱਲਾਂ ਦੱਸਣ ਵਾਸਤੇ ਸਬਸਿਡੀ ਦੇ ਬਾਰੇ ਵਿੱਚ ਤੁਹਾਡਾ ਆਪਣਾ ਦੋਸਤ ਅਰਜਮਾਵੀ ਅਗਰ ਮੇਰੇ ਚੈਨਲ ਤੇ ਤੁਸੀਂ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਨੂੰ ਆਲਟ ਪ੍ਰੈਸ ਕਰ ਲਓ ਤੇ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਤਾਂ ਹੀ ਮਿਲਣਾ ਜਦੋਂ ਤੁਸੀਂ ਬੈਲ ਨੂੰ ਆਲਟ ਪ੍ਰੈਸ ਕਰਨਾ ਤੇ ਜਿੰਨੇ ਵੀ ਪਰੇਸ਼ਾਨ ਹਨ ਸਬਸਿਡੀ ਦੀ ਵਜ੍ਹਾ ਤੋਂ ਉਹ ਉਨ੍ਹਾਂ ਦੇ ਬਾਰੇ ਵਿੱਚ ਅੱਜ ਦੀ ਵੀਡੀਓ ਹੈ ਜੀ ਜਿਹੜੇ ਆਪਣਾ ਸਾਡੇ ਅੰਜਮਲੀ ਵਿਟਰ ਸਾਹਿਬ ਹਨ ਉਹਨਾਂ ਨੇ ਵੀ ਹੁਣ ਇੰਨੀ ਸਮਝੋ ਕਿ ਹੱਥ ਖਲੇ ਕੀਤੇ ਹਨ ਉਹ ਵੀ ਅਸਲ ਵਿੱਚ ਉਹ ਵੇਖ ਜਾਵੇ ਤੇ ਲੋਕਾਂ ਦੇ ਬਹੁਤ ਜ਼ਿਆਦਾ ਮੈਸੇਜ ਹੁੰਦੇ ਨੇ ਉਹ ਦਿੱਲੀ ਉਹਨਾਂ ਨੂੰ ਮੈਸੇਜ ਭੇਜ ਰਹੇ ਹੁੰਦੇ ਨੇ ਜੀ ਸਬਸਿਡੀ ਕਦੋਂ ਸਟਾਰਟ ਹੋ ਰਹੀ ਹੈ ਤੇ ਉਹਨਾਂ ਦਾ ਵੀ ਇਹ ਜਵਾਬ ਹੁੰਦਾ ਜੀ ਕਦੀ ਦੱਸਦੇ ਜੀ ਜਲਦ ਤੇ ਇਨਸ਼ਾਅੱਲਾ ਅਸਲ ਵਿੱਚ ਸਬਸਿਡੀ ਡੀਏਪੀ ਜਿਹੜੀ ਹੈ ਇਹ ਲੈ ਕੇ ਕੰਮ ਬੜਾ ਖਰਾਬ ਹੋਇਆ ਹੈ ਇਦਿ ਤੁਹਾਨੂੰ ਪਤਾ ਹੈ ਜਿਹੜੀ ਖਾਦ ਦੀ ਦੋ ਨੰਬਰੀ ਹੋ ਰਹੀ ਹੈ ਦੋ ਨੰਬਰ ਖਾਦ ਆ ਗਈ ਜਿੱਦੇ ਵਿੱਚ ਐਨਪੀ ਹੈ ਤੇ ਕੁਝ ਹੋਰ ਖਾਦਾਂ ਜਿੱਦੇ ਵਿੱਚ ਇੱਕ ਤਾਂ ਸਬਸਿਡੀ ਦਾ ਟੋਕਨ ਜਿਹੜਾ ਹੈ ਉਹ ਦੋ ਨੰਬਰ ਲੱਗਾ ਹੈ ਹੁਣ ਤੁਸੀਂ ਦੋ ਨੰਬਰ ਕਿਵੇਂ ਪਤਾ ਲੱਗ ਸੀ ਜਿਸ ਸਬ ਸੀਡੀ ਦਾ ਟੋਕਨ ਮੈਨੂੰ ਕਾਫੀ ਕਾਲਾ ਆ ਰਹੀਆਂ ਲੋਕਾਂ ਦੀਆਂ ਨਾ ਮੈਨੂੰ ਦੋਸਤਾਂ ਨੇ ਦੱਸਿਆ ਵੀ ਹੈ ਕਿ ਭਾਈ ਜਾਨ ਅਸੀਂ ਜਿਹੜਾ ਵਿੱਚ ਟੋਕਨ ਲੱਗਾ ਆ ਐਨਪੀ ਦਾ ਜਾਂ ਐਨਪੀਕੇ ਦੇ ਵਿੱਚ ਕੁਝ ਖਾਦਾਂ ਦੇ ਵਿੱਚ ਉਹ ਅਸੀਂ ਸਕ੍ਰੈਚ ਕਿਸ ਤਰ੍ਹਾਂ ਕਰੀਏ ਅਸੀਂ ਉਹਨੂੰ ਸਕ੍ਰੈਚ ਕਰਦੇ ਆ ਤੇ ਉਹ ਸਾਰਾ ਹੀ ਫਟ ਜਾਂਦਾ ਹੈ ਤੇ ਹੁਣ ਉਹ ਦੱਸੋ ਉਹ ਦਾ ਤਰੀਕੇ ਕਰ ਕੀ ਹੈ ਪਿਆਰੇ ਭਾਈਓ ਬਿਲਕੁਲ ਉਹ ਟੋਕਨ ਹੈ ਹੀ ਦੋ ਨੰਬਰ ਉਹ ਸਕ੍ਰੈਚ ਹੋ ਹੀ ਨਹੀਂ ਸਕਦਾ ਉਸ ਉਹ ਲੱਗ ਹੀ ਨਹੀਂ ਸਕਦਾ وجہ ਕੀ ਹੈ ਸਿਰਫ ਦੋ ਨੰਬਰੀ ਕਰਨ ਦਾ ਤਰੀਕਾ ਇਹ ਬਣਾਇਆ ਗਿਆ ਹੈ ਕਿ ਜਦੋਂ ਤੁਹਾਡੇ ਕੋਲ ਟੋਕਨ ਖਰਾਬ ਹੋਵੇ ਸੀ ਉਹ ਪੈਸੇ ਤੁਸੀਂ ਨਾ ਲੈਸੋ ਉਹ ਟੋਕਨ ਐਕਸਪਾਇਰ ਹੋਵੇ ਸੀ ਉਹਨਾਂ ਨੇ ਆਪਣੇਆ ਮੌਜਾਂ ਖਜ਼ਾਨਿਆਂ ਵਿੱਚ ਵੇਸਨ ਤੇ ਅਕਸਰ ਟੋਕਨ ਇੰਜ ਦੇ ਹੁੰਦੇ ਨੋ ਕਿ ਜਿਹੜੇ ਟੋਕਨ ਵਿੱਚ ਉਹ ਲੋਕ ਖਾਦਾਂ ਵਾਲੇ ਅਸਲ ਰੀਅਲ ਟੋਕਨ ਜਿਹੜਾ ਹੁੰਦਾ ਹੈ ਉਹ ਕੱਢ ਲੈਂਦੇ ਨੋ ਤੇ ਉਹਦੀ ਜਗ੍ਹਾ ਤੇ ਦੋ ਨੰਬਰ ਟੋਕਨ ਲਾ ਛੜਨਾ ਤੇ ਉਹ ਦੋ ਨੰਬਰ ਟੋਕਨ ਵੀ ਸਕ੍ਰੈਚ ਨਹੀਂ ਹੁੰਦਾ ਤੇ ਇਹਦੇ ਖਿਲਾਫ ਬਿਲਕੁਲ ਕਾਰਵਾਈ ਸ਼ੁਰੂ ਹੈ ਇਹ ਦੇ ਬਾਰੇ ਚ ਦੱਸਿਆ ਗਿਆ ਹੈ ਸੋਸ਼ਲ ਮੀਡੀਆ ਤੇ ਵੀ ਤੁਸੀਂ ਵੇਖਿਓ ਸਨ ਇਸ਼ਤਿਹਾਰਾਂ ਜਾਂ ਖਬਰਾਂ ਕਿ ਖਾਦ ਦੇ ਵਿੱਚ ਜਿਹੜੀ ਦੋ ਨੰਬਰੀ ਹੋ ਰਹੀ ਉਸ ਨੂੰ ਬਿਹਤਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਉਸ ਤੋਂ ਬਾਅਦ ਜੀ ਆ ਗਿਆ ਪੋਟਾਸ਼ ਦੇ ਪੋਟਾਸ਼ ਦੇ ਜੀ ਬਿਲਕੁਲ ਵਾਊਚਰ ਇੱਕ ਨੰਬਰ ਆਂਦੇ ਨੂੰ ਪੋਟਾਸ਼ ਦੇ ਵਿੱਚ ਗੁਜ ਦੋ ਨੰਬਰੇ ਨਹੀਂ ਆ ਰਹੇ ਇੱਕ ਪੋਟਾਸ਼ ਦੀ ਜਿਹੜੀ ਖਾਦ ਦੇ ਵਾਊਚਰ ਐਨੂੰ ਸਾਰੇ ਹੀ ਸਹੀ ਸੈਂਡ ਹੁੰਦੇ ਉਹਨਾਂ ਦੀ ਪੇਮੈਂਟ ਵੀ ਆ ਰਹੀ ਲੋਕਾਂ ਦੀ ਪੋਟਾਸ਼ ਵਿੱਚ ਅੱਜ ਤੱਕ ਕਿਸੇ ਕਿਸਮ ਦੀ ਦੇਖਣ ਵਿੱਚ ਨਹੀਂ ਆਈ ਪਰੇਸ਼ਾਨੀ ਲੇਕਿਨ ਇੱਕ ਪਰੇਸ਼ਾਨੀ ਅਗਰ ਵੇਖਣ ਚੋ ਆਈ ਤੇ ਉਹ ਹੈ ਐਚ ਬੀ ਐਲ ਕਨੈਕਟ ਵਾਲਿਆਂ ਨੇ ਜਿਹੜਾ ਕਿ 에ਰਰ ਦਿੱਤੇ ਨੂੰ ਉਹਦੇ ਵਿੱਚ ਜ਼ਮੀਂਦਾਰਾਂ ਦੀ ਪੇਮੈਂਟ ਖਰਾਬ ਕਰ ਛੱਡੀ ਹੈ ਅੱਛਾ ਏ ਜੀ ਹੋ ਗਈਆਂ ਇਸ ਦੇ ਬਾਰੇ ਚ ਗੱਲਾਂ ਤੇ ਹੁਣ ਜਨਾਬ ਮੈਂ ਇਹ ਵੀ ਗੱਲ ਦੱਸਣਾ ਚਾਹਨਾ ਕਿ ਕੁਝ ਲੋਕ ਆ ਦਿਨੋਂ ਜੀ ਸਬਸਿਡੀ ਦਾ ਨਵਾਂ ਵਰਜਨ ਆ ਚੁੱਕਿਆ ਹੈ ਸਬਸਿਡੀ ਐਪ ਦਾ ਵਰਜਨ ਸਨ ਸੈਂਡ ਕਰੋ ਪਿਆਰੇ ਭਾਈਓ ਸਬਸਿਡੀ ਐਪ ਬੰਦ ਕਰ ਛੱਡੀ ਗਈ ਹੈ ਬਿਲਕੁਲ ਉਹਦਾ ਕੋਈ ਹਲੇ ਚਾਂਸ ਹੀ ਨਹੀਂ ਹੈ ਕਿ ਸਬਸਿਡੀ ਐਪ ਦੁਬਾਰਾ ਤੋਂ ਤੁਹਾਨੂੰ ਚਾਲੂ ਲੱਭ ਸਕੇ ਕੁਝ ਲੋਕ ਜੀ ਬਲੈਕ ਕਲਰ ਕਰ ਲੈਂਦੇ ਨੇ ਸਬਸਿਡੀ ਐਪ ਦਾ ਜੀ ਫੋਟੋ ਸੈਂਡ ਕਰ ਦਿੰਦੇ ਨੇ ਕੁਝ ਪੁਰਾਣੀਆਂ ਲੋਕਾਂ ਕੋਲ ਹੈ ਨਾ ਸਬਸਿਡੀ ਐਪ ਦੀਆਂ ਸਕਰੀਨਸ਼ਾਟ ਪਏ ਹੁੰਦੇ ਨੇ ਵਿੱਚ ਮੋਬਾਈਲ ਦੇ ਉਹ ਸੈਂਡ ਕਰ ਦਿੰਦੇ ਨੇ ਖੁਦਾਇਆ ਐਸੀ ਕੋਈ ਹਰਕਤ ਨਾ ਕੀਤੀ ਕਰੋ ਕਿਉਂਕਿ ਸਬਸਿਡੀ ਜਿਹੜੀ ਐਪ ਹੈ ਉਸ ਦਾ ਵਰੀਆਂ ਜਿਹੜਾ ਨਵਾਂ ਨਹੀਂ ਆਇਆ ਤੇ ਨਾ ਹੀ ਕੋਈ ਹਲੇ ਚੱਲਣ ਦੇ ਚਾਂਸ ਸਨ ਜਦੋਂ ਵੀ ਕੋਈ ਸਬਸਿਡੀ ਜਾਂ ਡੀਏਪੀ ਦੀ ਸਬਸਿਡੀ ਆਸੀ ਉਸ ਦੀ ਕੋਈ ਚਾਂਸ ਬਣਸਨ ਤੇ ਇਨਸ਼ਾਅੱਲਾ ਮੇਰੇ ਚੈਨਲ ਤੇ ਤੁਹਾਨੂੰ ਦੀ ਵੀਡੀਓ ਮਿਲ ਸੀ ਤੇ ਦੂਈ ਨੰਬਰ ਤੇ ਜਿਹੜੇ ਸਬਸਿਡੀ ਐਪ ਅਗਰ ਲਾਂਚ ਹੋ ਵੀ ਗਈ ਤੇ ਉਹ ਵੀ ਇਨਸ਼ਾਅੱਲਾ ਮੈਂ ਦੱਸ ਦੱਸਾਂ ਤੁਹਾਨੂੰ ਪਤਾ ਹੈ एक साल हो गया है हर बंदा मेरे अलहमदुल्ला मुतमिन है कुछ बंदे ऐसे भी हैं जो गलत बयानी करते हो तो वो फिर गलत कमेंट्स करते हो तो तुम मेरे चैनल से एन जी जुड़े रहो इनशाला मिलते हैं अगली वीडियो तो बाकी वीडियो लाजमी वेखिए करो इंटरव्यू का सिलसिला स्टार्ट है इजाज़त अल्लाह हाफिज़